ਪੰਜਾਬ ਵਿੱਚ ਕਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੂਬੇ ਦੇ ਵਿੱਚ ਪਿਛਲੇ 24 ਘੰਟੇ ਅੰਦਰ ਕਰੋਨਾ ਕਰਕੇ 25 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਦੇ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਸੂਬੇ ਵਿੱਚ ਪਿਛਲੇ 24 ਘੰਟੇ ਅੰਦਰ ਕਰੋਨਾ ਕਰਕੇ 25 ਲੋਕਾਂ ਦੀ ਮੌਤ ਹੋ ਗਈ ਹੈ। ਜਲੰਧਰ ਵਿੱਚ 10, ਲੁਧਿਆਣਾ ਵਿੱਚ 9 ਲੋਕਾਂ ਦੀ ਮੌਤ ਦਰਜ ਹੋਈ ਹੈ। ਹੁਣ ਤੱਕ ਕਰੋਨਾ ਕਰਕੇ 361 ਲੋਕਾਂ ਦੀ ਮੌਤ ਸੂਬੇ ਦੇ ਵਿੱਚ ਹੋ ਚੁੱਕੀ ਹੈ। ਅਜਿਹੇ ਪੰਜਾਬ 'ਚ ਇੱਕ ਦਿਨ ਦੇ ਅੰਦਰ 568 ਨਵੇਂ ਮਾਮਲਿਆਂ ਦੀ ਤਸਦੀਕ ਹੋਈ ਹੈ, ਜਿਸ ਦੀ ਚਿੰਤਾ ਤੋਂ ਹੈ ਸਰਕਾਰ ਤੇ ਪ੍ਰਸ਼ਾਸਨ ਦੀ ਵਧਾਈ ਹੋਈ ਹੈ। ਕੁੱਲ ਮਰੀਜ਼ਾਂ ਦੀ ਗਿਣਤੀ 14,946 ਹੋ ਗਈ ਹੈ। ਇਹਨਾਂ 'ਚੋਂ ਐਕਟਿਵ ਮਰੀਜ਼ ਇਸ ਵੇਲੇ ਸੂਬੇ 'ਚ 4,372 ਨੇ। ਕੁੱਲ 10,213 ਲੋਕਾਂ ਨੇ ਕੋਰੋਨਾ ਨੂੰ ਮਾਤ ਦੇਣ 'ਚ ਕਾਮਯਾਬੀ ਹਾਸਲ ਕੀਤੀ ਹੈ। ਲੇਕਿਨ ਜੋ ਕਹਿਰ ਹੈ ਕੋਰੋਨਾ ਵਾਇਰਸ ਦਾ, ਉਹ ਲਗਾਤਾਰ ਬਣਿਆ ਹੋਇਆ। ਲਗਾਤਾਰ ਪੋਜ਼ਿਟਿਵ ਕੇਸਿਸ ਜੋ ਨੇ ਉਹ ਸਾਹਮਣੇ ਆ ਰਹੇ ਨੇ ਔਰ ਇਹ ਰੁਕਣ ਦਾ ਨਾਂ ਜਿਹੜਾ ਹੈ ਉਹ ਨਹੀਂ ਲੈ ਰਿਹਾ। ਅਤੇ ਸੂਬੇ ਦੇ ਵਿੱਚ ਦੱਸ ਦਈਏ ਕਿ ਪਿਛਲੇ 24 ਘੰਟਿਆਂ ਦੇ ਵਿੱਚ 25 ਲੋਕਾਂ ਦੀ ਮੌਤ ਹੋ ਗਈ ਹੈ। ਆਂਕੜਾ ਇਹ ਤੇਜ਼ੀ ਦੇ ਨਾਲ ਮਰਨ ਵਾਲਿਆਂ ਦਾ ਵੀ ਹੁਣ ਵੱਧਦਾ ਜਾ ਰਿਹਾ ਹੈ। ਜਲੰਧਰ ਵਿੱਚ ਦੱਸ ਦਈਏ ਕਿ 10 ਲੋਕਾਂ ਦੀ ਮੌਤ ਹੋਈ ਹੈ। ਲੁਧਿਆਣਾ ਵਿੱਚ 9 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਦੇ ਨਾਲ ਹੋਈ ਹੈ। ਪਤਰਸ ਮਸੀਹ ਸਾਡੇ ਨਾਲ ਇਸ ਵੇਲੇ ਜਲੰਧਰ ਤੋਂ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਪਤਰਸ, ਪਿਛਲੇ 24 ਘੰਟਿਆਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ 25 ਮੌਤਾਂ ਹੋਈਆਂ ਨੇ, 10 ਜਲੰਧਰ ਸ਼ਹਿਰ ਤੋਂ ਹੀ ਨੇ, ਆਂਕੜਾ ਜਿੱਥੇ ਪੋਜ਼ਿਟਿਵ ਕੇਸਿਸ ਦਾ ਵੱਧ ਰਿਹਾ, ਮਰਨ ਵਾਲਿਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਜੀ ਰਾਧਾ, ਬਿਲਕੁਲ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਇੱਥੇ ਪੰਜਾਬ ਦੇ ਵਿੱਚ ਵੱਧ ਰਹੀ ਹੈ ਔਰ ਮੌਤਾਂ ਦਾ ਅੰਕੜਾ ਵੀ ਲਗਾਤਾਰ ਉੱਪਰ ਵੱਲ ਜਾ ਰਿਹਾ। ਜੇਕਰ ਆਪਾਂ ਪਿਛਲੇ ਲਗਭਗ ਇੱਕ ਮਹੀਨੇ ਦੇ ਅੰਕੜੇ ਦੇ ਉੱਤੇ ਨਜ਼ਰ ਮਾਰੀਏ, 30 ਜੂਨ ਸ਼ਾਮ ਤੋਂ ਲੈ ਕੇ 29 ਜੁਲਾਈ ਸ਼ਾਮ ਤੱਕ ਦਾ ਜੇਕਰ ਅੰਕੜਾ ਆਪਾਂ ਵੇਖੀਏ ਤਾਂ ਪੂਰੇ ਰਾਜ ਭਰ ਦੇ ਵਿੱਚ 213 ਮੌਤਾਂ ਦਾ ਵਾਧਾ ਦਰਜ ਕੀਤਾ ਗਿਆ ਔਰ ਇਹਨਾਂ 213 ਦੇ ਵਿੱਚੋਂ ਤਕਰੀਬਨ 60% ਤੋਂ ਵੱਧ ਮੌਤਾਂ ਜਿਹੜੀਆਂ ਹੈਗੀਆਂ ਨੇ ਪੰਜਾਬ ਦੇ 3 ਜ਼ਿਲ੍ਹੇ ਨਾਲ ਸੰਬੰਧਿਤ ਹੈਗੀਆਂ ਨੇ, ਜਿਨ੍ਹਾਂ ਦੇ ਵਿੱਚ ਜਲੰਧਰ ਹੈ, ਲੁਧਿਆਣਾ ਹੈ ਔਰ ਅੰਮ੍ਰਿਤਸਰ ਹੈ। ਔਰ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਹਾਂ, ਪਿਛਲੇ 24 ਘੰਟਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀ ਮੌਤਾਂ ਦਰਜ ਕੀਤੀਆਂ ਗਈਆਂ ਨੇ, ਬੜੀ ਦੁਖਦਾਈ ਗੱਲ ਹੈਗੀ ਹੈ ਕਿ ਕੋਰੋਨਾ ਦੀ ਭੇਟ ਚੜੇ ਨੇ ਇਹ ਲੋਕ। ਪਰ ਜਿੱਥੋਂ ਤੱਕ ਅੰਕੜੇ ਦੀ ਗੱਲ ਹੈਗੀ ਹੈ, ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਮੌਤਾਂ ਦਾ ਅੰਕੜਾ ਉੱਪਰ ਵੱਲ ਜਾ ਰਿਹਾ। ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਮੌਤਾਂ ਨੇ ਪਿਛਲੇ 30 ਦਿਨਾਂ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ, 79 ਤੋਂ ਵੱਧ ਮੌਤਾਂ ਲੁਧਿਆਣਾ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ। ਇਸੇ ਤਰੀਕੇ ਨਾਲ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਨੇ ਔਰ ਜਲੰਧਰ ਦੇ ਵਿੱਚ ਨੇ। ਇਹ 3 ਜ਼ਿਲ੍ਹੇ ਐਸੇ ਨੇ ਜਿੱਥੇ ਨਾ ਸਿਰਫ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧੀ ਹੈ ਬਲਕਿ ਜਿਹੜੇ ਮੌਤਾਂ ਨੇ ਉਹਨਾਂ ਦਾ ਅੰਕੜਾ ਵੀ ਉੱਪਰ ਵੱਲ ਜਾ ਰਿਹਾ। ਜੇਕਰ ਆਪਾਂ ਡਿਟੇਲ ਦੇ ਵਿੱਚ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਪਿਛਲੇ 30 ਦਿਨਾਂ ਦੇ ਵਿੱਚ 1400 ਤੋਂ ਵੱਧ ਮਰੀਜ਼ ਦਰਜ ਕੀਤੇ ਗਏ ਨੇ, 47 ਮੌਤਾਂ ਜਿਹੜੀਆਂ ਦਰਜ ਹੋ ਚੁੱਕੀਆਂ ਨੇ। ਇਸੇ ਤਰੀਕੇ ਨਾਲ ਲੁਧਿਆਣੇ ਦੇ ਵਿੱਚ 1950 ਤੋਂ ਵੱਧ ਮਰੀਜ਼ ਦਰਜ ਕੀਤੇ ਗਏ ਨੇ ਔਰ 58 ਮੌਤਾਂ ਹੋ ਚੁੱਕੀਆਂ ਨੇ। ਕੁੱਲ ਮੌਤਾਂ 79 ਹੋਈਆਂ ਨੇ ਔਰ 58 ਮੌਤਾਂ ਪਿਛਲੇ 30 ਦਿਨਾਂ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ। ਇਸੇ ਤਰੀਕੇ ਨਾਲ ਅੰਮ੍ਰਿਤਸਰ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਪਿਛਲੇ 30 ਦਿਨਾਂ ਦੇ ਵਿੱਚ 778 ਜਿਹੜੇ ਨਵੇਂ ਮਰੀਜ਼ ਆਏ ਨੇ ਔਰ 32 ਮੌਤਾਂ ਨਵੀਆਂ ਦਰਜ ਕੀਤੀਆਂ ਗਈਆਂ ਨੇ। ਓਵਰਆਲ ਆਪਾਂ ਗੱਲ ਕਰੀਏ ਤਾਂ ਪਿਛਲੇ 1 ਮਹੀਨੇ ਤੋਂ ਲੈ ਕੇ ਇਹਨਾਂ ਦਿਨਾਂ ਤੱਕ ਕੱਲ੍ਹ ਸ਼ਾਮ ਤੱਕ ਜਿਹੜਾ ਪੰਜਾਬ ਦੇ ਵਿੱਚ 9900 ਨਵੇਂ ਮਰੀਜ਼ ਜਿਹੜੇ ਆ ਉਹ ਦਰਜ ਕੀਤੇ ਗਏ ਨੇ। ਸੋ ਅੰਕੜਾ ਜਿਸ ਤਰੀਕੇ ਨਾਲ ਉੱਪਰ ਵੱਲ ਜਾ ਰਿਹਾ, ਬੜੀ ਚਿੰਤਾ ਵਾਲੀ ਗੱਲ ਇਸ ਵਕਤ ਬਣੀ ਹੋਈ ਹੈ। ਹਾਲਾਂਕਿ ਰਾਹਤ ਵਾਲੀ ਗੱਲ ਇਹ ਆ, ਜਿਵੇਂ ਤੁਸੀਂ ਵੀ ਦੱਸਿਆ ਕਿ 10,000 ਤੋਂ ਵੱਧ ਲੋਕ ਐਸੇ ਨੇ ਜਿਹੜੇ ਡਿਸਚਾਰਜ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਨੇ, ਪਰ ਕੋਰੋਨਾ ਦਾ ਫੈਲਾਅ ਜਿਸ ਤਰੀਕੇ ਨਾਲ ਵੱਧ ਰਿਹਾ, ਜਿਸ ਤਰੀਕੇ ਨਾਲ ਮੌਤਾਂ ਦੀ ਗਿਣਤੀ ਲਗਾਤਾਰ ਉੱਪਰ ਵੱਲ ਜਾ ਰਹੀ ਹੈ, ਇਸ ਨੇ ਜ਼ਰੂਰ ਲੋਕਾਂ ਨੂੰ ਔਰ ਪ੍ਰਸ਼ਾਸਨ ਨੂੰ ਚਿੰਤਾ ਦੇ ਵਿੱਚ ਪਾਇਆ ਹੋਇਆ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਪਤਰਸ ਫਿਲਹਾਲ ਦੀ ਜਾਣਕਾਰੀ ਲਈ। ਸੋ ਚਿੰਤਾ ਦੇ ਵਿੱਚ ਜ਼ਰੂਰ ਪਾਇਆ ਹੋਇਆ, ਕਿਉਂਕਿ ਜਿੱਥੇ ਪੋਜ਼ਿਟਿਵ ਕੇਸਿਸ ਦਾ ਅੰਕੜਾ ਵੱਧਦਾ ਜਾ ਰਿਹਾ ਹੈ, ਉੱਥੇ ਹੀ ਮੌਤਾਂ ਦਾ ਅੰਕੜਾ ਵੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ।